ਤੁਹਾਨੂੰ ਪਤਾ ਹੈ ਕਿ ਖੰਨਾ 'ਚ ਪਿਛਲੇ ਹਫ਼ਤੇ ਸ਼ਨੀਵਾਰ ਨੂੰ 27 ਜੁਲਾਈ ਨੂੰ ਇੱਕ AS ਕਾਲਜ ਸਮਰਾਲਾ ਰੋਡ 'ਚ ਜਿਹੜੀ ਕਾਲਜ 'ਚ ਫਾਇਰਿੰਗ ਦਾ ਇੰਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਸਮਰਾਲਾ ਦੇ ਹੀ ਇੱਕ ਪੈਟਰੋਲ ਪੰਪ 'ਤੇ ਉਹਨਾਂ ਹੀ ਅਕਿਊਜ਼ ਨੇ ਜਿਹੜਾ ਉਹਨਾਂ ਦਾ ਪੈਟਰੋਲ ਪੰਪ ਦਾ ਸੇਲਜ਼ਮੈਨ ਹੁੰਦਾ ਕਰਿੰਦਾ ਉਹਦੇ ਤੋਂ ਕੈਸ਼ ਲੁੱਟ ਕੇ ਚਲੇ ਗਏ ਸੀਗੇ ਅਤੇ ਅਸੀਂ ਬਹੁਤ ਹੀ ਸ਼ੋਰਟ ਟਾਈਮ 'ਚ ਇੱਕ ਅਕਿਊਜ਼ ਨੂੰ ਮੌਕੇ 'ਤੇ ਹੀ ਫੜ ਲਿਆ ਸੀਗਾ ਜਿਹਦਾ ਨਾਂ ਅਜੇ ਰਾਠੀ ਹੈ ਅਤੇ ਉਸਦੇ ਨਾਲ ਹੀ ਸਾਨੂੰ ਜਿਹੜੇ 3-4 ਮੇਨ ਇਸ ਕੇਸ ਦੇ ਉਸ ਦੋਨਾਂ ਕੇਸਾਂ ਦੇ ਮੇਨ ਦੋਸ਼ੀ ਹੈ ਉਹਨਾਂ ਦੇ ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਸੀਗੀ ਅਤੇ ਉਦੋਂ ਦੀ ਹੀ ਸ਼ਨੀਵਾਰ ਤੋਂ ਹੀ ਸਾਡੀ ਮਲਟੀਪਲ ਟੀਮਸ ਉਸੇ ਕੇਸ 'ਤੇ ਲੱਗੀ ਹੋਈ ਹੈ ਔਰ ਅਸੀਂ ਬਹੁਤ ਹੀ ਪੇਨਸਟੇਕਿੰਗਲੀ ਇਹਨਾਂ ਦੇ ਟੈਕਨੀਕਲੀ ਵੀ ਔਰ ਹਿਊਮਨ ਇੰਟ ਦੇ ਲੈਵਲ 'ਤੇ ਵੀ ਇਹਨਾਂ ਨੂੰ ਫੋਲੋਅਪ ਕਰਦੇ ਰਹੇ ਅਤੇ ਸਾਨੂੰ ਕਾਫੀ ਲੀਡਸ ਮਿਲ ਰਹੀਆਂ ਸੀ ਵਾਰ ਵਾਰ ਸਾਡੀ ਛਾਪੇਮਾਰੀ ਵੀ ਚਾਲੂ ਸੀਗੀ ਅਤੇ ਅੱਜ ਸਾਡੇ ਕੋਲ ਕਾਫੀ ਕ੍ਰੈਡੀਬਲ ਇਨਪੁੱਟ ਸੀਗਾ ਕਿ ਇਹਦੇ ਇਸ ਕੇਸ ਦੇ ਜਿਹੜੇ ਦੋ ਮੇਨ ਦੋਸ਼ੀ ਹੈ ਜਿਨ੍ਹਾਂ ਨੇ ਉਸ ਦਿਨ ਫਾਇਰਿੰਗ ਕੀਤੀ ਸੀਗੀ ਉਹ ਇਸ ਏਰੀਆ 'ਚ ਹੈਗੇ ਅਤੇ ਬੇਸਡ ਔਨ ਦੈਟ ਸਾਡੀ CIA ਦੀ ਜਿਹੜੀ ਟੀਮ ਹੈ ਉਹਨਾਂ ਨੇ ਇਸ ਰੋਡ 'ਤੇ ਜਿਹੜੀ ਗੜੀ ਤੋਂ ਨੀਲੋਂ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਉਹਨਾਂ ਨੂੰ ਇੰਟਰਸੈਪਟ ਕਰਨ ਲਈ ਆਪਣਾ ਨਾਕਾ ਲਾਇਆ ਹੋਇਆ ਸੀ ਅਤੇ ਕ੍ਰਿਸ਼ਨਾ ਸਾਹਨੀ ਔਰ ਜਿਹੜਾ ਜਤਿਨ ਮੋਂਗਾ ਉਹਨਾਂ ਨੇ ਨਾਕਾ ਦੇ ਕੇ ਅਤੇ ਟਰਾਈ ਟੂ ਜਿੱਥੇ ਤੁਹਾਨੂੰ ਇਹ ਬਾਈਕ ਨਜ਼ਰ ਆ ਰਹੀ ਹੈ ਉਹਨਾਂ ਨੇ ਆਪਣੀ ਬਾਈਕ ਮੋੜਨ ਦੀ ਕੋਸ਼ਿਸ਼ ਕੀਤੀ ਉਹ ਗਿਰ ਗਈ ਔਰ ਉਸ ਤੋਂ ਬਾਅਦ ਇਸ ਏਰੀਆ 'ਚ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਸਾਡੀ ਟੀਮ ਨੇ ਉਹਨਾਂ ਦੇ ਕੇ ਦੇ ਹੈਡ ਵੈਪਨਸ ਓਬਵੀਅਸਲੀ ਉਸ ਦਿਨ ਵੀ ਸੀਗੇ ਅਤੇ ਉਹਨਾਂ ਨੇ ਸਾਡੀ ਟੀਮ 'ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਜਿਹਨਾਂ ਨੂੰ ਰੋਕਿਆ ਗਿਆ ਕੋਸ਼ਿਸ਼ ਨਹੀਂ ਉਹਨਾਂ ਨੇ ਫਾਇਰ ਕੀਤਾ ਹੀ ਹੈ ਇੱਕ ਉਹਨਾਂ ਦਾ ਮਿਸਫਾਇਰ ਹੋਇਆ ਇੱਕ CIA ਓਫਿਸ਼ਲ ਵਹੀਕਲ 'ਤੇ ਲੱਗਿਆ ਔਰ ਜਿੱਥੇ ਇਹਦੇ ਮੌਕੇ 'ਤੇ ਦੱਸ ਰਹੇ ਕਿ ਇੱਥੇ ਇੱਕ ਦਰਖਤ 'ਤੇ ਵੀ ਵੱਜਿਆ ਅਤੇ ਰਿਟੈਲੀਏਸ਼ਨ 'ਚ ਸਾਡੀ ਟੀਮ ਨੇ ਸੈਲਫ ਡਿਫੈਂਸ 'ਚ ਇੱਕ ਫਾਇਰ ਜਿਹੜਾ ਕ੍ਰਿਸ਼ਨਾ ਸਾਹਨੀ ਉਹਦੇ ਲੱਤ 'ਤੇ ਲੱਗਿਆ ਅਤੇ ਦੂਜਾ ਨਹੀਂ ਹਿੱਟ ਹੋਇਆ ਅਤੇ ਮੌਕੇ 'ਤੇ ਹੀ ਜਿਹੜੇ ਉਹਨਾਂ ਦੇ ਦੋਨੋਂ ਵੈਪਨਸ ਹੈ ਉਹ ਸਾਨੂੰ ਇੱਥੇ ਮਿਲ ਗਏ ਹੈ ਔਰ ਕ੍ਰਿਸ਼ਨਾ ਸਾਹਨੀ ਨੂੰ ਅਸੀਂ ਇਨੀਸ਼ੀਅਲ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਸਮਰਾਲਾ ਦਾਖਲ ਕਰਾਇਆ ਔਰ ਜਿਹੜਾ ਜਤਿਨ ਮੋਂਗ ਹੈ ਉਹ ਸਾਡੀ ਅਰੈਸਟ ਹੈ ਔਰ ਇਸ ਦੇ ਨਾਲ ਹੀ ਇਹਨਾਂ ਦੇ ਜਿਹੜੇ ਮੌਕੇ ਦੀ ਬਾਈਕ ਹੈ ਔਰ ਬੈਗਸ ਔਰ ਹੈਲਮੈਟ ਵਗੈਰਾ ਸਾਰੇ ਮੌਕੇ 'ਤੇ ਪਏ ਐਂਡ ਦੋ ਵੈਪਨਸ ਯੂਜ਼ਡ ਇਨ ਦੈਟ ਕ੍ਰਾਈਮ ਹੋਪਫੁਲੀ ਉਹ ਰਿਕਵਰ ਹੋ ਗਏ ਵੈਪਨ ਕਿਹੜੀ ਕਿਸਮ ਦੇ ਹੈ ਜੀ ਉਹ ਦੇਸੀ ਹੈ ਕਿ ਦੂਜੇ ਕੋਈ ਪ੍ਰੀਲਿਮਿਨਰੀ ਤਾਂ ਜੀ ਇਲਿਸਿਟ ਹੀ ਲੱਗ ਰਿਹਾ ਬਾਕੀ ਹਲੇ ਅਸੀਂ ਸਾਰਾ ਕੁਝ ਇੱਥੇ ਹੀ ਹੈ ਸੀਨ ਆਫ ਕ੍ਰਾਈਮ ਅਸੀਂ ਉਸੇ ਪ੍ਰੀਜ਼ਰਵ ਹੀ ਰੱਖਣਾ ਉਸ ਤੋਂ ਬਾਅਦ ਅਸੀਂ ਐਨਾਲਾਈਜ਼ ਕਰਾਵਾਂਗੇ ਉਹਨਾਂ ਨੇ ਕਿੰਨੇ ਫਾਇਰ ਕੀਤੇ ਮੈਂ ਉਹਨਾਂ ਨੇ ਜੀ ਜਿਹੜਾ ਮੈਨੂੰ ਹੁਣੇ ਮੌਕੇ 'ਤੇ ਦੱਸਿਆ ਅਰਾਊਂਡ 2-3 ਰਾਊਂਡਸ ਉਹਨਾਂ ਨੇ ਫਾਇਰ ਕੀਤੇ ਅਤੇ ਜਵਾਬੀ ਫਾਇਰ ਸਾਡੇ ਵੱਲੋਂ 2 ਹੈਗੇ ਆਪਣਾ ਕੋਈ ਮੁਲਾਜ਼ਮ ਸੀਰੀਅਸ ਨਹੀਂ ਹੋਇਆ ਕੋਈ ਜਾਨ ਨਹੀਂ ਜੀ ਸਾਡੇ ਮੁਲਾਜ਼ਮ ਕਿਸੇ ਗੱਡੀ ਦੇ ਜਾਂ ਆਪਣੇ ਦੇ ਕਿਸੇ ਦੇ ਕੋਈ ਜੀ ਜਿਹੜੀ CIA ਦੀ ਆਫੀਸ਼ੀਅਲ ਵਹੀਕਲ ਹੈ ਉਹਦੇ 'ਤੇ ਇੱਕ ਰਾਊਂਡ ਲੱਗਿਆ ਬਟ ਅਦਰਵਾਈਜ਼ ਕਿਸੇ ਹੋਰ ਪ੍ਰਾਈਵੇਟ ਵਹੀਕਲ 'ਤੇ ਇਸ ਕਾਲਜ ਦੇ ਵਿੱਚ ਕਿੰਨੇ ਹੋਰ ਜਿਹੜੇ ਬੰਦੇ ਪਕੌੜੇ ਹੋ ਰਹੇ ਹੈਗੇ ਕਿੰਨੇ ਜਿਹੜੇ ਦੋਸ਼ੀ ਹੈਗੇ ਪਕੌੜੇ ਨੇ ਉੱਥੇ ਇਸ ਤਾਂ ਜੀ ਇੱਕ ਤਾਂ ਫੜਿਆ ਗਿਆ ਸੀ ਉਸੇ ਦਿਨ 2 ਅੱਜ ਅਸੀਂ ਕਾਬੂ ਕਰ ਲਏ ਅਤੇ ਬਾਕੀ ਵੀ ਸਾਡੇ ਜਿਹੜੇ ਮੇਨ ਹੈਗੇ ਉਹ ਆਈਡੈਂਟੀਫਾਈਡ ਹੈ ਉਹਨਾਂ 'ਤੇ ਵੀ ਰੇਡ ਚੱਲ ਰਿਹਾ ਪਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਉਹ ਇਹੀ 2 ਸੀਗੇ ਜਿਹੜੇ ਅੱਜ ਸਾਡੇ ਕਾਬੂ ਆ ਗਏ ਉਹਨਾਂ ਦੇ ਐਨਕਾਊਂਟਰ ਦੇ ਵਿੱਚ ਡੈਥ ਹੋ ਚੁੱਕੀ ਹੈ ਜਾਂ ਨਹੀਂ ਨਹੀਂ ਜੀ ਨਹੀਂ ਡੈਥ ਨਹੀਂ ਹੈ ਹੀ ਹੈਜ਼ ਬੀਨ ਸ਼ਿਫਟਡ ਟੂ ਅ ਹਸਪੀਟਲ ਜਿੱਥੇ ਉਹਨਾਂ ਨੂੰ ਉਹਨੂੰ ਟ੍ਰੀਟ ਉਹ ਰਹਿਣ ਵਾਲੇ ਕਿੱਥੇ ਨੇ ਮੈਮ ਜੀ ਉਹ ਜੀ ਇਹ ਦੋਨੋਂ CP ਲੁਧਿਆਣਾ ਦੇ ਏਰੀਆ ਦੇ ਰਹਿਣ ਵਾਲੇ ਆ ਤੇ ਦੋਨਾਂ ਤੇ ਜਿਹੜਾ ਕ੍ਰਿਸ਼ਨਾ ਸਾਹਨੀ ਉਹਦੇ ਤੇ ਅਰਾਊਂਡ 6 ਪਰਚੇ ਪਹਿਲਾਂ ਦੇ ਦਰਜ ਹੈ ਇੱਕ ਪਹਿਲਾ ਪਰਚਾ ਖੰਨੇ ਸਦਰ ਹੋਇਆ ਸੀਗਾ NDPS ਦਾ ਉਸ ਤੋਂ ਬਾਅਦ 2-3 ਉਹਦੇ ਤੇ 307 ਦੇ ਮੁਕੱਦਮੇ ਦਰਜ ਹੈ ਤੇ ਇਦਾਂ ਹੀ NDPS ਦੇ ਤੇ ਜਿਹੜਾ ਜਤਿਨ ਮੋਂਗਾ ਹੈ ਉਹਦੇ ਤੇ ਵੀ NDPS 307 ਡਕੈਤੀਆਂ ਇਸ ਤਰ੍ਹਾਂ ਦੇ ਆਈ ਥਿੰਕ 4 FIR ਦਰਜ ਹੈ ਤਾਂ ਦੋਨੋਂ ਪੁਰਾਣੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਔਰ ਜਿੰਨਾ ਕੁ ਮੈਨੂੰ ਥੋੜ੍ਹਾ ਬਹੁਤ ਪਤਾ ਲੱਗਿਆ ਹੈ ਕਿ ਜਤਿਨ ਮੋਂਗਾ ਜਿਹੜਾ ਲੁਧਿਆਣੇ ਦਾ ਸਾਗਰ ਨਿਊਟਰਨ ਔਰ ਪੁਨੀਤ ਬੈਂਸ ਹੈ ਉਹਨਾਂ ਦਾ ਐਸੋਸੀਏਟ ਵੀ ਹੈਗਾ ਇਹ ਗੈਂਗ ਵਾਰ ਸੀ ਗੈਂਗਸਟਰ ਨੇ ਜੀ ਕਿਸਮ ਕਿਸਮ ਦੇ ਗੈਂਗ ਵਾਰ ਸਾਡੇ ਕੇਸ 'ਚ ਨਹੀਂ ਸੀਗੀ ਬਾਕੀ ਜਦੋਂ ਸਾਡੇ ਬਾਕੀ ਵੀ ਦੋਸ਼ੀ ਫੜੇ ਜਾਂਦੇ ਸਾਰੀ ਗੱਲ ਸਾਹਮਣੇ ਆਏਗੀ ਪਰ ਹੁਣ ਤੱਕ ਪਹਿਲੇ ਦੋਸ਼ੀ ਨੂੰ ਜਦੋਂ ਅਸੀਂ ਫੜ ਲਿਆ ਸੀ ਇਹ ਉਹਦੇ ਨਾਲ ਆਏ ਸੀਗੇ ਔਰ ਜਿਹੜਾ ਉਸ ਦਿਨ ਦਾ ਇੰਸੀਡੈਂਟ ਸੀਗਾ ਉਹ ਕੋਈ ਗੈਂਗ ਵਾਰ ਨਹੀਂ ਸੀ ਉਹ ਮੌਕੇ 'ਤੇ ਮੁੰਡਿਆਂ ਦੀ ਤਲਖਬਾਜ਼ੀ ਹੋ ਗਈ ਸੀਗੀ ਉਹਦੇ 'ਚ ਇਹਨਾਂ ਨੇ ਫਾਇਰਿੰਗ ਕੀਤੀ ਹੈ ਮੈਮ ਇਹ ਕਿਸੇ ਗੈਂਗ ਨਾਲ ਸੰਬੰਧ ਸੀ ਗੈਂਗਸਟਰ ਸੀ ਜਿਵੇਂ ਮੈਂ ਦੱਸ ਰਹੀ ਹਾਂ ਸਾਗਰ ਨਿਊਟਰਨ ਔਰ ਪੁਨੀਤ ਬੈਂਸ ਹੈ ਦੋਨੋਂ ਆਈ ਥਿੰਕ ਦੇ ਆਰ ਯੂ ਕੈਨ ਸੇ ਕਿਉਂਕਿ ਇਹਦੇ ਪਰਚੇ ਦਰਜ ਹੈ ਔਰ ਇਹਨਾਂ ਦੋਨਾਂ 'ਤੇ ਵੀ ਕਿਉਂਕਿ 4-4 5-5 ਪਰਚੇ ਰਾਦਰ ਕ੍ਰਿਸ਼ਨਾ ਸਾਹਨੀ 'ਤੇ ਤਾਂ 6 ਪਹਿਲਾਂ ਪਰਚੇ ਦਰਜ ਹੈ 2 ਸਾਡੇ ਹੋ ਗਏ ਔਰ ਇੱਕ ਹੋਰ ਹੋ ਜਾਏਗਾ ਔਰ ਇਸ ਤਰ੍ਹਾਂ ਦੋਨਾਂ 'ਤੇ ਹੀ ਮਲਟੀਪਲ FIRs ਠੀਕ ਹੈ